ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮੌਤ ਇਸ ਤਰ੍ਹਾਂ ਵੀ ਆ ਸਕਦੀ ਆ ਕੋਈ ਸੋਚ ਵੀ ਨਹੀਂ ਸੀ ਸਕਦਾ ਦੇਖਣ ਵਾਲਿਆਂ ਦੇ ਉੱਡੇ ਹੋਸ਼ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਅੰਤ ਤੱਕ ਦੇਖੋਗੇ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਪੁੱਲਿਓ ਦੋਸਤੋ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਡੀਜੇ ਵਾਲੀ ਗੱਡੀ ਆ ਗੱਡੀ ਦੇ ਉੱਤੇ ਇੱਕ ਇਨਸਾਨ ਚੜ੍ਹ ਕੇ ਨੱਚ ਰਿਹਾ ਏ ਸੋ ਉਸ ਦੀ ਕਿਸ ਤਰ੍ਹਾਂ ਮੌਤ ਹੋਈ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਕਈ ਵਾਰ ਜਰਜਨੀ ਕੀਤੀ ਗਈ ਲਾਪਰਵਾਹੀ ਬੰਦੇ ਲਈ ਭਾਰੀ ਪੈ ਜਾਂਦੀ ਆ ਬੰਦਾ ਖੁਦ ਤਾਂ ਚੱਕਰ ਵਿੱਚ ਪੈਂਦਾ ਨਾਰ ਹੂਰਾ ਵੀ ਲੈ ਡੁੱਬਦਾ ਏ ਅੱਜ ਕੱਲ੍ਹ ਸੌਂ ਦਾ ਮਹੀਨਾ ਹੋਣ ਦੇ ਕਾਰਨ ਕਈ ਲੋਕ ਪਹਾੜਾਂ ਵਿੱਚ ਨਾਨਾ ਦੇਵੀ ਦੇ ਮੰਦਰ ਤੇ ਮੱਥਾ ਟੇਕਣ ਜਾ ਰਹੇ ਨੇ ਤੇ ਸ਼ਰਦਾਬਸ ਸ਼ਿਵ ਪਾਰਵਤੀ ਦੀਆਂ ਝਾਕੀਆਂ ਕੱਢਦਿਆਂ ਹਰਿਆਣਾ ਦੇ ਜ਼ਿਲ੍ਹੇ ਕਰਨਾਲ ਵਿੱਚ ਇੱਕ ਸੂਭਾ ਯਾਤਰਾ ਦੌਰਾਨ ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਜਾਨ ਚਲੀ ਗਈ ਜਦਕਿ ਦੋ ਹੋਰ ਦੇ ਗੰਭੀਰ ਸੱਟਾਂ ਲੱਗੀਆਂ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੰਗਲਾ ਦੇ ਪਿੰਡ ਮੇਗਾ ਚ ਕੁਝ ਨੌਜਵਾਨ ਸ਼ਿਵਜੀ ਪਾਰਵਤੀ ਦੀਆਂ ਝਾਕੀਆਂ ਕੱਟ ਰਹੇ ਸਨ ਜਿਸ ਸਮੇਂ ਨੌਜਵਾਨ ਗੱਡੀ ਵਿੱਚ ਖੜੇ ਸਨ ਇਸ ਦੌਰਾਨ ਇੱਕ ਦੀ ਲਾਪਰਵਾਹੀ ਬਾਕੀਆਂ ਤੇ ਭਾਰੀ ਪੈ ਗਈ ਇੱਕ ਨੌਜਵਾਨ ਗੱਡੀ ਤੇ ਚੜ ਕੇ ਖੜਾ ਉਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਹੱਥ ਛੂ ਗਿਆ ਕਰੰਟ ਲੱਗਣ ਨਾਲ ਉਸ ਦੀ ਤੇ ਉੱਤੇ ਦੋ ਸਾਥੀ ਕਰੰਟ ਦੀ ਚਪੇੜ ਚ ਆ ਗਏ ਜਿਸ ਕਰਕੇ ਪਿੰਡ ਦੇ ਹੀ ਡਾਕਟਰ ਕੋਟ ਲੈ ਗਏ ਜਿੱਥੇ ਇੱਕ ਨੂੰ ਸਿਵਲ ਹਸਪਤਾਲ ਜਾਣ ਦੀ ਸਲਾਹ ਦਿੱਤੀ ਗਈ ਹਸਪਤਾਲ ਪਹੁੰਚ ਕੇ ਨੌਜਵਾਨ ਦੀ ਜਾਨ ਚਲੀ ਗਈ ਦੋ ਡਾਕਟਰ ਦੋ ਉਸ ਦੇ ਸਾਥੀਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਇਸ ਲਈ ਲੋੜ ਹੈ ਕਿ ਅਜਿਹੇ ਸਮੇਂ ਤੇ ਸਾਵਧਾਨੀਆਂ ਵਰਤੀਆਂ ਜਾਣ ਕਿਉਂਕਿ ਇਨਸਾਨੀ ਕੀ ਜਾਨਾ ਕੀਮਤੀ ਹਨ ਸਾਨੂੰ ਇਹਨਾਂ ਨੂੰ ਬਚਾਉਣ ਦੇ ਲਈ ਧਿਆਨ ਰੱਖਣ ਦੀ ਜ਼ਰੂਰਤ ਹੈ ਇੱਕ ਵਾਰ ਪਿਛਲੇ ਮਹੀਨੇ ਵੀ ਸ਼ੋਭਾ ਯਾਤਰਾ ਦੌਰਾਨ ਇੱਕ ਟਰੈਕਟਰ ਨੇ ਕਈ ਔਰਤਾਂ ਨੂੰ ਕੁਚਲ ਦਿੱਤਾ ਸੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਲਿਆਂ ਦੇ ਦਿਲ ਕੰਬ ਜਾਂਦੇ ਹਨ ਧੰਨਵਾਦ